ਚਲੋ ਫਿਰ ਸੇ ਆਜ ਵੋ ਨਜ਼ਾਰਾ ਯਾਦ ਕਰ ਲੈ, ਸ਼ਹੀਦੋ ਕੇ ਦਿਲ ਮੇ ਥੀ ਜੋ ਵੋ ਜਵਾਲਾ ਯਾਦ ਕਰ ਲੈ, ਜਿਸਮੇ ਬਹਿ ਕਰ ਆਜ਼ਾਦੀ ਪਹੁੰਚੀ ਥੀ ਕਿਨਾਰੇ ਪੇ, ਦੇਸ਼ ਭਗਤੋ ਕੇ ਖੂਨ ਕੀ ਵੋ ਧਾਰਾ ਯਾਦ ਕਰ ਲੈ। ਅੱਜ ਅਸੀਂ ਵੀਰ ਜਵਾਨ ਲੜੀ ਤਹਿਤ CRPF ਦੇ ਅਜਿਹੇ ਸੂਰਬੀਰ ਜਵਾਨ ਦੀ ਜੀਵਨੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸਨੇ ਤਿਰੰਗੇ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਆਪਣਾ ਬਲੀਦਾਨ ਦੇ ਦਿੱਤਾ। ਇਸ ਯੋਧੇ ਦਾ ਨਾਮ ਸ਼ਹੀਦ ਅਸ਼ੋਕ ਕੁਮਾਰ, ਪਿੰਡ ਫਲਵਾਦ, ਜ਼ਿਲ੍ਹਾ ਪਠਾਨਕੋਟ ਹੈ। ਸ਼ਹੀਦ ਅਸ਼ੋਕ ਕੁਮਾਰ ਦਾ ਜਨਮ 22 ਅਪ੍ਰੈਲ 1972 ਨੂੰ ਮਾਤਾ ਪ੍ਰਕਾਸ਼ੋ ਦੇਵੀ ਦੀ ਕੁੱਖੋਂ, ਪਿਤਾ ਰਾਮ ਲਾਲ ਦੇ ਘਰ ਪਿੰਡ ਫਲਵਾਦ ਕਲੋਨੀ ਪਠਾਨਕੋਟ ਵਿਖੇ ਹੋਇਆ। ਅਸ਼ੋਕ ਕੁਮਾਰ ਦੀਆਂ ਦੋ ਭੈਣਾਂ, ਦੋ ਹੋਰ ਭਰਾ ਸਨ। ਅਸ਼ੋਕ ਕੁਮਾਰ ਆਪਣੇ ਦੋਵੇਂ ਭਰਾਵਾਂ ਤੋਂ ਵੱਡੇ ਸਨ। ਅਸ਼ੋਕ ਕੁਮਾਰ ਨੇ ਮੁੱਢਲੀ ਸਿੱਖਿਆ ਮਾਤਾ ਬਸੰਤਪੁਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਨਿਰੋਟ ਮਹਿਰਾ ਦੇ ਹਾਈ ਸਕੂਲ ਤੋਂ ਪਾਸ ਕੀਤੀ। ਅਸ਼ੋਕ ਕੁਮਾਰ ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਸੀ। ਪੜ੍ਹਨ ਤੋਂ ਇਲਾਵਾ ਅਸ਼ੋਕ ਕੁਮਾਰ ਖੇਡਾਂ ਵਿੱਚ ਵੀ ਪੂਰਾ ਹਿੱਸਾ ਲੈਂਦੇ ਸਨ। ਮੈਟ੍ਰਿਕ ਤੋਂ ਬਾਅਦ ਅਸ਼ੋਕ ਕੁਮਾਰ ਨੇ NCC ਦੀ ਟ੍ਰੇਨਿੰਗ ਵੀ ਹਾਸਲ ਕੀਤੀ ਅਤੇ ਬਹੁਤ ਸਾਰੇ ਇਨਾਮ ਵੀ ਪ੍ਰਾਪਤ ਕੀਤੇ। ਅਸ਼ੋਕ ਕੁਮਾਰ NCC ਦੀ ਟ੍ਰੇਨਿੰਗ ਤੋਂ ਬਾਅਦ 1992 ਵਿੱਚ CRPF ਵਿੱਚ ਭਰਤੀ ਹੋ ਗਿਆ। ਅਸ਼ੋਕ ਕੁਮਾਰ ਭਰਤੀ ਹੋਣ ਤੋਂ ਬਾਅਦ ਮਦਰਾਸ ਵਿੱਚ ਟ੍ਰੇਨਿੰਗ ਲਈ ਚਲਾ ਗਿਆ। ਅਸ਼ੋਕ ਕੁਮਾਰ ਸ਼ੁਰੂ ਤੋਂ ਹੀ ਅਨੁਸ਼ਾਸਨ ਪਸੰਦ ਜਵਾਨ ਸੀ। ਅਸ਼ੋਕ ਕੁਮਾਰ ਦੀ ਅਨੁਸ਼ਾਸਨ ਦਾ ਵਿੱਚ ਰਹਿਣ ਦੇ ਰਵੱਈਏ ਤੋਂ ਉਸਦੇ ਅਫਸਰ ਬਹੁਤ ਹੀ ਖੁਸ਼ ਸਨ। ਅਸ਼ੋਕ ਕੁਮਾਰ ਦੀ ਪਹਿਲੀ ਪੋਸਟਿੰਗ ਅੰਡੇਮਾਨ ਨਿਕੋਬਾਰ ਵਿੱਚ ਹੋਈ। 4 ਸਾਲ ਤੱਕ ਸੇਵਾ ਨਿਭਾਉਣ ਤੋਂ ਬਾਅਦ ਉਸਦੀ ਪੋਸਟਿੰਗ ਮਨੀਪੁਰ ਵਿੱਚ ਅਤੇ ਤੀਸਰੀ ਪੋਸਟਿੰਗ ਸ੍ਰੀਨਗਰ ਵਿੱਚ ਹੋ ਗਈ। ਅਸ਼ੋਕ ਕੁਮਾਰ ਇਸੀ ਦੌਰਾਨ ਹੀ ਆਪਣੇ ਪਰਿਵਾਰ ਨੂੰ ਮਿਲਣ ਛੁੱਟੀ ਲੈ ਕੇ ਆਉਂਦਾ ਅਤੇ ਆਪਣਿਆਂ ਛੋਟਿਆਂ ਭਰਾਵਾਂ ਨੂੰ ਅੱਗੇ ਵਧਣ ਅਤੇ ਤਰੱਕੀ ਕਰਨ ਦੇ ਗੁਰ ਸਿਖਾਉਂਦਾ। ਇਸੀ ਦੌਰਾਨ ਹੀ ਅਸ਼ੋਕ ਕੁਮਾਰ ਦੇ ਪਰਿਵਾਰ ਨੇ ਅਸ਼ੋਕ ਕੁਮਾਰ ਦੇ ਵਿਆਹ ਬਾਰੇ ਵੀ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ। ਅਸ਼ੋਕ ਕੁਮਾਰ ਦਾ ਵਿਆਹ 21 ਫਰਵਰੀ 1999 ਵਿੱਚ ਮੋਨਿਕਾ ਤੇ ਪੁੱਤਰੀ ਖੁਸ਼ਹਾਲ ਚੰਦ ਪਿੰਡ ਉਸੇ ਘੋਸ਼ਣਾ ਜ਼ਿਲ੍ਹਾ ਗੁਰਦਾਸਪੁਰ ਨਾਲ ਹੋਇਆ। ਅਸ਼ੋਕ ਕੁਮਾਰ ਦੇ ਵਿਆਹ ਦੀ ਖੁਸ਼ੀ ਪੂਰੇ ਪਰਿਵਾਰ ਨੇ ਰੱਜ ਕੇ ਮਨਾਈ ਤੇ ਅਸ਼ੋਕ ਕੁਮਾਰ
ਬਾਬਰ ਆਪਣੀ ਡਿਊਟੀ ਤੇ ਚਲਾ ਗਿਆ। 14-12-1999 ਨੂੰ ਅਸ਼ੋਕ ਕੁਮਾਰ ਦੇ ਘਰ ਇੱਕ ਪੰਨਿਆ ਵਰਗੀ ਬੇਟੀ ਨੇ ਜਨਮ ਲਿਆ ਤੇ ਅਸ਼ੋਕ ਕੁਮਾਰ 15 ਦਿਨ ਦੀ ਛੁੱਟੀ ਲੈ ਕੇ ਆਪਣੇ ਘਰ ਆ ਗਿਆ ਅਤੇ ਅਸ਼ੋਕ ਕੁਮਾਰ ਨੇ ਆਪਣੀ ਬੇਟੀ ਦਾ ਨਾਮ ਸੋਨੀਆ ਰੱਖਿਆ। ਆਪਣੀ ਬੇਟੀ ਨੂੰ ਲਾਗ ਲਗਾਉਂਦਿਆਂ ਅਸ਼ੋਕ ਕੁਮਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਛੁੱਟੀ ਕਦੋਂ ਖਤਮ ਹੋ ਗਈ। ਅਸ਼ੋਕ ਕੁਮਾਰ ਪਰਿਵਾਰ ਤੋਂ ਵਿਦਾ ਲੈ ਕੇ ਆਪਣੀ ਡਿਊਟੀ ਤੇ ਚਲਾ ਗਿਆ। ਡਿਊਟੀ ਤੇ ਪਹੁੰਚ ਕੇ ਅਸ਼ੋਕ ਕੁਮਾਰ ਨੇ ਆਪਣੀ ਡਿਊਟੀ ਰੂਟੀਨ ਵਿੱਚ ਸ਼ੁਰੂ ਕਰ ਦਿੱਤੀ ਅਤੇ ਆਪਣਾ ਫਰਜ਼ ਨਿਭਾਉਣਾ ਵੀ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਗਣਤੰਤਰ ਦਿਵਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਅਸ਼ੋਕ ਕੁਮਾਰ ਨੂੰ ਉਸਦੇ ਸੀਨੀਅਰ ਅਫਸਰਾਂ ਨੇ 26 ਜਨਵਰੀ ਨੂੰ ਤਿਰੰਗਾ ਅਨੰਤਨਾਗ ਤੋਂ ਹੈੱਡਕੁਆਰਟਰ ਤੋਂ ਪਰੇਡ ਗਰਾਊਂਡ ਵਿੱਚ ਲਿਜਾਣ ਦੀ ਜ਼ਿੰਮੇਵਾਰੀ ਅਸ਼ੋਕ ਕੁਮਾਰ ਨੂੰ ਸੌਂਪ ਦਿੱਤੀ। ਅਸ਼ੋਕ ਕੁਮਾਰ 26 ਜਨਵਰੀ ਨੂੰ ਸਵੇਰੇ 5 ਵਜੇ ਤਿਰੰਗਾ ਲੈ ਕੇ ਪਰੇਡ ਗਰਾਊਂਡ ਨੂੰ ਚੱਲ ਪਿਆ ਤਾਂ ਰਸਤੇ ਵਿੱਚ ਕੁਝ ਮੌਤ ਦੀ ਵਰਦੀ ਪਹਿਨੇ ਅੱਤਵਾਦੀਆਂ ਵੱਲੋਂ ਅਸ਼ੋਕ ਕੁਮਾਰ ਨੂੰ ਰੋਕਿਆ ਗਿਆ ਅਤੇ ਆਪਣੇ ਨਾਲ ਲਿਜਾਣ ਲਈ ਕਿਹਾ ਗਿਆ। ਅਸ਼ੋਕ ਕੁਮਾਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲ ਪਿਆ ਪਰੰਤੂ ਅਸ਼ੋਕ ਕੁਮਾਰ ਨੂੰ ਉਹਨਾਂ ਤੇ ਕੁਝ ਸ਼ੱਕ ਹੋਣ ਲੱਗਾ ਤੇ ਗੱਡੀ ਰੋਕ ਕੇ ਅਸ਼ੋਕ ਕੁਮਾਰ ਨੇ ਵਰਦੀ ਪਹਿਨੇ ਅੱਤਵਾਦੀਆਂ ਨੂੰ ਆਪਣਾ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ ਤੇ ਅੱਤਵਾਦੀਆਂ ਨੇ ਪਹਿਚਾਣ ਪੱਤਰ ਨਾ ਦਿਖਾਉਣ ਤੇ ਜਿੱਤ ਹਾਰ ਗਈ ਅਤੇ ਅਸ਼ੋਕ ਕੁਮਾਰ ਨੂੰ ਫਸਲ ਲਿਆ। ਅਸ਼ੋਕ ਕੁਮਾਰ ਨੇ ਅੱਤਵਾਦੀਆਂ ਦਾ ਡਟ ਕੇ ਮੁਕਾਬਲਾ ਕੀਤਾ ਪਰੰਤੂ ਅੱਤਵਾਦੀਆਂ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਰੂਦ ਸੀ। ਉਹਨਾਂ ਦਾ ਮਕਸਦ 26 ਜਨਵਰੀ ਗਣਤੰਤਰ ਦਿਵਸ ਮਨਾਉਣ ਲਈ ਚੁਣੀ ਹੋਈ ਪਰੇਡ ਗਰਾਊਂਡ ਵਿੱਚ ਦਹਿਸ਼ਤ ਫੈਲਾਉਣਾ ਸੀ ਪਰ ਅਸ਼ੋਕ ਕੁਮਾਰ ਨੇ ਉਹਨਾਂ ਦੇ ਇਸ ਮਕਸਦ ਨੂੰ ਨੁਕਸਾਨ ਕਰ ਦਿੱਤਾ ਸੀ। ਅੱਤਵਾਦੀਆਂ ਨੇ ਅਸ਼ੋਕ ਕੁਮਾਰ ਤੇ ਗੋਲੀਆਂ ਚਲਾਈਆਂ ਅਤੇ ਗੱਡੀ ਵਿੱਚ ਹੈਂਡ ਗ੍ਰਨੇਡ ਨਾਲ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਅਸ਼ੋਕ ਕੁਮਾਰ ਸ਼ਹਾਦਤ ਪ੍ਰਾਪਤ ਕਰ ਗਿਆ ਅਤੇ ਦੇਸ਼ ਨੂੰ ਸਲਾਮ ਕਰ ਗਿਆ। ਅਸ਼ੋਕ ਕੁਮਾਰ ਨੇ ਆਪਣੇ ਦੇਸ਼ ਵਾਸੀਆਂ ਅਤੇ ਹੋਰ ਸਾਥੀਆਂ ਨੂੰ ਬਚਾਉਣ ਲਈ ਗੋਲੀਆਂ ਆਪਣੀ ਹਿੱਕ ਤੇ ਖਾਧੀਆਂ ਅਤੇ ਕੁਰਬਾਨੀ ਦੇ ਦਿੱਤੀ। ਅਸ਼ੋਕ ਕੁਮਾਰ ਦੇ ਪਰੇਡ ਗਰਾਊਂਡ ਨਾ ਪਹੁੰਚਣ ਤੇ CRPF ਦੇ ਜਵਾਨਾਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੂੰ ਸ਼ਹੀਦ ਅਸ਼ੋਕ ਕੁਮਾਰ ਦੀ ਗੱਡੀ ਬਰਦਾਸ਼ਤ ਹੋਣ ਦੀ ਸੂਚਨਾ ਵੀ ਮਿਲ ਗਈ। CRPF ਦੇ ਜਵਾਨਾਂ ਵੱਲੋਂ ਪਹੁੰਚ ਕੇ ਸ਼ਹੀਦ ਅਸ਼ੋਕ ਕੁਮਾਰ ਦੀ ਮ੍ਰਿਤਕ ਦੇ ਹੈੱਡਕੁਆਰਟਰ ਲਿਆਂਦੀ ਗਈ ਅਤੇ ਸੀਨੀਅਰ ਅਫਸਰਾਂ ਨੇ ਇਹ ਸਭ ਕੁਝ ਦੇਖ ਕੇ ਬਹੁਤ ਦੁੱਖ ਹੋਇਆ। ਸ਼ਹੀਦ ਅਸ਼ੋਕ ਕੁਮਾਰ ਬਹੁਤ ਹੀ ਬਹਾਦਰ ਜਵਾਨ ਸੀ ਅਤੇ ਹਰ ਕੰਮ ਨੂੰ ਬਹੁਤ ਹੀ ਦਲੇਰੀ ਤੇ ਦ੍ਰਿੜਤਾ ਨਾਲ ਕਰਦਾ ਸੀ।
ਸੁਆਦ ਉਹਨਾਂ ਨੂੰ ਸੱਦ ਕੇ ਜਾ ਚੁੱਕਾ ਸੀ। ਸ਼ਹੀਦ ਅਸ਼ੋਕ ਕੁਮਾਰ ਦੀ ਸ਼ਹਾਦਤ ਦੀ ਖਬਰ ਪਰਿਵਾਰ ਨੂੰ 26 ਜਨਵਰੀ ਦੀ ਸ਼ਾਮ ਨੂੰ ਮਿਲੀ ਤਾਂ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਛੁੱਟੀ ਮਨਾ ਕੇ ਗਿਆ ਉਹਨਾਂ ਦਾ ਅਸ਼ੋਕ ਕੁਮਾਰ ਕਦੇ ਵੀ ਵਾਪਸ ਨਹੀਂ ਆਏਗਾ। 27 ਜਨਵਰੀ 2000 ਸ਼ਹੀਦ ਅਸ਼ੋਕ ਕੁਮਾਰ ਘਰ ਤਾਂ ਆਇਆ ਪਰੰਤੂ ਦੇਸ਼ ਦੇ ਤਿਰੰਗੇ ਵਿੱਚ ਆਪਣਾ ਫਰਜ਼ ਨਿਭਾ ਕੇ ਪਿੰਡ ਨੂੰ ਸਲਾਮ ਕਰਨ ਆਇਆ ਤੇ ਤਿਰੰਗੇ ਵਿੱਚ ਲਿਪਿਆ ਸੋਹਣਾ ਜਵਾਨ ਆਪਣੇ ਪਿੰਡ ਆਇਆ। ਜਿਸ ਅਸ਼ੋਕ ਕੁਮਾਰ ਦੇ ਛੁੱਟੀ ਆਉਣ ਤੇ ਉਸਦੀ ਮਾਤਾ ਤੋਂ ਖੁਸ਼ੀ ਨਹੀਂ ਸੀ ਸੰਭਾਲੀ ਜਾਂਦੀ, ਅੱਜ ਉਸ ਮਾਤਾ ਦੇ ਹੰਝੂ ਨਹੀਂ ਸੀ ਰੁਕ ਰਹੇ ਕਿ ਪੁੱਤਰਾ ਤੂੰ ਇਹ ਕੀ ਕੀਤਾ। ਅਸ਼ੋਕ ਕੁਮਾਰ ਦੇ ਪਰਿਵਾਰ ਦੇ ਹਾਲਾਤ ਦੇਖ ਕੇ ਪੂਰੇ ਪਿੰਡ ਵਾਸੀ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾ ਰਹੇ ਸਨ ਤੇ ਸ਼ਹੀਦ ਅਸ਼ੋਕ ਕੁਮਾਰ ਦੇ ਭਰਾ ਆਪਣੇ ਵੀਰ ਦੀਆਂ ਗੱਲਾਂ ਯਾਦ ਕਰ ਕਰਕੇ ਰੋ ਰਹੇ ਸਨ। ਅਸ਼ੋਕ ਕੁਮਾਰ ਦੀ ਬੇਟੀ ਜੋ ਅਜੇ ਸਿਰਫ 1 ਮਹੀਨੇ ਦੀ ਸੀ, ਜਿਸਨੇ ਹਜੇ ਪਿਤਾ ਦਾ ਚਿਹਰਾ ਵੀ ਨਹੀਂ ਵੇਖਿਆ ਸੀ, ਉਹ ਇਹ ਸਭ ਕੁਝ ਨਹੀਂ ਜਾਣਦੀ ਸੀ ਕਿ ਇਹ ਕੀ ਹੋ ਗਿਆ ਹੈ। ਸ਼ਹੀਦ ਅਸ਼ੋਕ ਕੁਮਾਰ ਦੀ ਪਤਨੀ ਮੋਨਿਕਾ ਬੇਸੁੱਧ ਹੋਈ ਬੈਠੀ। ਮੋਨਿਕਾ ਆਪਣੀ ਬੱਚੀ ਨੂੰ ਬਾਰ ਬਾਰ ਦੇਖ ਰਹੀ ਸੀ। ਸ਼ਹੀਦ ਅਸ਼ੋਕ ਕੁਮਾਰ ਨੂੰ CRPF ਦੇ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ। ਸ਼ਹੀਦ ਅਸ਼ੋਕ ਕੁਮਾਰ ਨੂੰ ਉਸਦੇ ਦੋਨੇ ਛੋਟੇ ਭਰਾਵਾਂ ਵੱਲੋਂ ਅਗਨੀ ਭੇਟ ਕੀਤੀ ਗਈ। ਸ਼ਹੀਦ ਅਸ਼ੋਕ ਕੁਮਾਰ ਦੀ ਬਹਾਦਰੀ ਲਈ ਭਾਰਤ ਦੇ ਰਾਸ਼ਟਰਪਤੀ ਵੱਲੋਂ ਵੀਰਤਾ ਮੈਡਲ ਉਸਦੀ ਵਿਧਵਾ ਮੋਨਿਕਾ ਨੇ ਪ੍ਰਾਪਤ ਕੀਤਾ। ਸ਼ਹੀਦ ਅਸ਼ੋਕ ਕੁਮਾਰ ਦਾ ਪਰਿਵਾਰ ਉਸ ਦੀਆਂ ਯਾਦਾਂ ਦੇ ਸਹਾਰੇ ਅੱਜ ਜੀਵਨ ਬਤੀਤ ਕਰ ਰਿਹਾ ਹੈ। ਸ਼ਹੀਦ ਅਸ਼ੋਕ ਕੁਮਾਰ ਦੀ ਪਤਨੀ ਮੋਨਿਕਾ ਜੋ ਆਪਣੀ ਨੰਨੀ ਜਿਹੀ ਬੱਚੀ ਨਾਲ ਅਸ਼ੋਕ ਕੁਮਾਰ ਦੇ ਘਰ ਅੱਜ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ। CRPF ਐਕਟ ਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਗਠਨ ਹੋਣ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸ਼ਹੀਦ ਪਰਿਵਾਰਾਂ ਨੂੰ ਇਕੱਠਾ ਕੀਤਾ ਗਿਆ ਅਤੇ ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਨਾਲ ਵੀ ਐਸੋਸੀਏਸ਼ਨ ਵੱਲੋਂ ਸੰਪਰਕ ਕੀਤਾ ਗਿਆ। ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਨੂੰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਪਿੰਡ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਆਉਣ ਤੇ ਉਸ ਟਾਈਮ ਜਲੰਧਰ ਦੇ DIG ਸੁਨੀਲ ਤੋਰਪੀ ਜੀ ਵੱਲੋਂ ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਅੱਜ ਵੀ ਸ਼ਹੀਦ ਅਸ਼ੋਕ ਕੁਮਾਰ ਦਾ ਪਰਿਵਾਰ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਹੈ ਅਤੇ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਹੋ ਕੇ ਆਪਣੇ ਦੁੱਖ ਸੁੱਖ ਦਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਅਤੇ DIG ਸਾਹਿਬ ਨਾਲ ਸਾਂਝਾ ਕਰਦੇ ਹਨ। ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਅਤੇ CRPF ਐਕਟ ਮੈਨ
ਵੈਲਫੇਅਰ ਐਸੋਸੀਏਸ਼ਨ ਵੱਲੋਂ ਹਰ ਸਾਲ 26 ਜਨਵਰੀ ਨੂੰ ਸ਼ਹੀਦ ਅਸ਼ੋਕ ਕੁਮਾਰ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਅਸ਼ੋਕ ਕੁਮਾਰ ਦੇ ਪਿੰਡ ਪਹੁੰਚ ਕੇ ਸ਼ਹੀਦ ਅਸ਼ੋਕ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਸ ਇਲਾਕੇ ਦੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਸ਼ਹੀਦ ਅਸ਼ੋਕ ਕੁਮਾਰ ਦੀ ਯਾਦ ਵਿੱਚ ਪਿੰਡ ਦੇ ਗੇਟ ਦੀ ਉਸਾਰੀ ਕਰਵਾਈ ਗਈ ਹੈ ਅਤੇ MLA ਜੋਗਿੰਦਰ ਪਾਲ ਹਰ ਸਾਲ ਸ਼ਹੀਦ ਅਸ਼ੋਕ ਕੁਮਾਰ ਦੇ ਪਿੰਡ ਆ ਕੇ 26 ਜਨਵਰੀ ਨੂੰ ਸ਼ਹੀਦ ਅਸ਼ੋਕ ਕੁਮਾਰ ਨੂੰ ਸਲਾਮ ਕਰਦੇ ਹਨ। MLA ਜੋਗਿੰਦਰ ਪਾਲ ਸਿੰਘ ਅਤੇ ਪਰਿਵਾਰ ਅਤੇ ਐਸੋਸੀਏਸ਼ਨ ਅਤੇ ਹੋਰ ਪਿੰਡ ਦੇ ਵਾਸੀ ਅਹੁਦੇਦਾਰ ਹਰ ਟਾਈਮ ਇਸ ਅਸ਼ੋਕ ਕੁਮਾਰ ਨੂੰ ਸਲਾਮ ਕਰਦੇ ਰਹਿਣਗੇ ਕਰਦੇ ਰਹਿਣਗੇ ਕਰਦੇ ਰਹਿਣਗੇ। ਜੈ ਹਿੰਦ ਭਾਰਤ ਮਾਤਾ ਕੀ ਜੈ। ਅੱਜ ਅਸੀਂ ਸ਼ਹੀਦ ਅਸ਼ੋਕ ਕੁਮਾਰ 54 ਬਟਾਲੀਅਨ CRPF ਪਿੰਡ ਫਰਵਾਲ ਜ਼ਿਲ੍ਹਾ ਪਠਾਨਕੋਟ ਉਹਨਾਂ ਦੇ ਪਿੰਡ ਪਹੁੰਚੇ ਹੈ। ਸ਼ਹੀਦ ਅਸ਼ੋਕ ਕੁਮਾਰ ਜੀ 26 ਜਨਵਰੀ 2000 ਨੂੰ ਸ਼੍ਰੀਨਗਰ ਵਿੱਚ ਸ਼ਹੀਦ ਹੋ ਗਏ ਸੀ। ਅੱਜ ਅਸੀਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਧਰਮ ਪਤਨੀ ਨਾਲ ਇੱਥੇ ਗੱਲਬਾਤ ਕਰਾਂਗੇ, ਉਹਨਾਂ ਦੇ ਬੱਚਿਆਂ ਨਾਲ ਗੱਲਬਾਤ ਕਰਾਂਗੇ ਕਿ ਜਦੋਂ 26 ਜਨਵਰੀ ਨੂੰ ਉਹਨਾਂ ਦੀ ਸ਼ਹੀਦੀ ਪਾਈ ਗਈ ਅਤੇ ਇਸ ਪਰਿਵਾਰ ਨੂੰ ਕਿਵੇਂ ਪਤਾ ਲੱਗਾ ਅਤੇ ਕਿਸ ਵੇਲੇ ਲੱਗਾ, ਇਹ ਸਾਰੀ ਗੱਲਬਾਤ ਅੱਜ ਵੀਰ ਜਵਾਬ ਦੀ ਅਗਲੀ ਕੜੀ ਨੂੰ ਜੋੜਦੇ ਹੋਏ ਸਾਰਿਆਂ ਵੀਰਾਂ ਨੂੰ ਅਸੀਂ ਦਿਖਾਵਾਂਗੇ। ਸਾਡੇ ਨਾਲ ਅੱਜ ਉਹਨਾਂ ਦੀ ਧਰਮ ਪਤਨੀ ਮੋਨਿਕਾ ਜੀ ਸਾਡੇ ਨਾਲ ਹੈ। ਅਸੀਂ ਉਹਨਾਂ ਕੋਲੋਂ ਸਾਰੀ ਉਹਨਾਂ ਦੀ ਜੀਵਨੀ ਬਾਰੇ ਜਿੰਨੀ ਵੀ ਹੋ ਸਕੀ ਵੱਧ ਤੋਂ ਵੱਧ ਉਹਨਾਂ ਕੋਲੋਂ ਇਨਫੋਰਮੇਸ਼ਨ ਲੈ ਕੇ ਅਤੇ ਵੀਰਾਂ ਤੱਕ ਸਾਂਝੀ ਕਰਾਂਗੇ। ਮੋਨਿਕਾ ਜੀ, ਜਦੋਂ ਸ਼ਹੀਦ ਅਸ਼ੋਕ ਕੁਮਾਰ ਜੀ ਦੀ ਸ਼ਹੀਦੀ ਹੋਈ ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ, ਤੁਹਾਨੂੰ ਕੌਣ ਦੱਸਣ ਆਇਆ ਅਤੇ ਕੀ ਤੁਹਾਨੂੰ CRP ਨੇ ਕੋਈ ਮੈਸੇਜ ਭੇਜਿਆ ਜਾਂ ਕਿੱਦਾਂ ਤੁਹਾਨੂੰ ਉਹ ਪਤਾ ਲੱਗਾ ਸੀ ਕਿ ਆਹ ਭਾਣਾ ਜਿਹੜਾ ਵਰਤ ਗਿਆ ਹੈ? ਸਾਨੂੰ ਸਰ 27 ਤਰੀਕ ਸਵੇਰੇ ਪਤਾ ਲੱਗਾ ਵੀ 8 ਵਜੇ ਨਾਲ। 8 ਵਜੇ ਪਤਾ ਲੱਗਾ ਜੀ? ਹੋਰ ਤੁਹਾਨੂੰ ਮਹਿਕਮੇ ਵਾਲੇ ਦੱਸਣ ਆਏ ਸੀ ਜਾਂ ਕੋਈ ਲੋਕਲ ਆਏ ਸੀ ਦੱਸਣ ਜੀ? ਨਹੀਂ, ਸਾਨੂੰ ਮਹਿਕਮੇ ਵਾਲੇ ਦੱਸਣ ਦਾ ਫੋਨ ਆਇਆ ਸੀ। ਅੱਛਾ ਜੀ, ਉਹਨਾਂ ਨੇ ਤੁਹਾਨੂੰ ਆ ਕੇ ਇਹ ਜਿਹੜੀ ਖਬਰ ਦੱਸੀ ਵੀ ਸ਼ਹੀਦ ਅਸ਼ੋਕ ਕੁਮਾਰ ਜੀ ਸ਼ਹੀਦ ਹੋ ਗਏ ਹਨ ਤੇ ਮਹਿਕਮੇ ਵਿੱਚੋਂ ਕਿੰਨੇ ਕੁ ਉਸ ਟਾਈਮ ਤੇ ਸ਼੍ਰੀਨਗਰ ਤੋਂ ਜਾਂ ਜਲੰਧਰ ਤੋਂ ਜਾਂ ਲੋਕਲ ਇਹ ਕਿੰਨੇ ਕੁ ਅਫਸਰ ਸਾਹਿਬਾਨ ਉਸ ਵੇਲੇ ਸ਼ਹੀਦ ਅਸ਼ੋਕ ਕੁਮਾਰ ਦੇ ਸੰਸਕਾਰ ਵਾਲੇ ਦਿਨ ਪਹੁੰਚੇ ਸੀ? ਮਤਲਬ ਉਹਨਾਂ ਦੀ ਬਟਾਲੀਅਨ ਤੋਂ 20 ਅਫਸਰ ਆਏ ਸੀ, ਲੋਕਲ ਮੰਤਰੀ ਸਾਹਿਬਾਨ ਵੀ ਆਏ ਸੀ, ਇਲਾਕੇ ਦਾ MLA ਸਾਹਿਬ ਹੋਣਗੇ, ਕਾਫੀ ਲੋਕ ਉਸ ਵੇਲੇ ਆਏ ਸੀ ਤੇ ਉਸ ਟਾਈਮ ਤੁਹਾਡੀ ਜਿਹੜੀ ਬੱਚੀ ਹੈ ਇਹ ਕਿੱਡੀ ਵੱਡੀ ਸੀ ਜਿੱਦਣ ਸ਼ਹੀਦ ਅਸ਼ੋਕ ਕੁਮਾਰ ਹੁਣੀ ਸ਼ਹੀਦੀ ਦੇ ਗਏ? ਸਵਾ ਮਹੀਨੇ ਦੀ ਉਸ ਟਾਈਮ ਬੱਚੀ ਸੀ ਤੇ ਅਸ਼ੋਕ ਕੁਮਾਰ ਜੀ ਕਦੋਂ ਛੁੱਟੀ ਕੱਢ ਕੇ ਗਏ ਸੀ? ਸ਼ਹੀਦੀ ਹੋਣ ਤੋਂ ਪਹਿਲਾਂ ਲਾਸਟ ਟਾਈਮ ਤੁਹਾਨੂੰ ਕਦੋਂ ਮਿਲ ਕੇ ਗਏ ਤੇ ਕੀ ਗੱਲਬਾਤ ਤੁਹਾਡੇ ਨਾਲ ਉਹਨਾਂ ਨੇ ਕੀਤੀ? ਗੱਲਬਾਤ ਸਰ 6 ਜਨਵਰੀ ਨੂੰ ਆਏ ਨਾ ਛੁੱਟੀ, ਫਿਰ 22 ਜਨਵਰੀ ਨੂੰ ਘਰੋਂ ਗਏ ਸਰ ਅੱਗੇ। ਗੱਲਬਾਤ ਇਹ ਵੀ ਸਰ ਆਪਣੀ ਕੁੜੀਆਂ ਨੂੰ ਦੇਖਣ ਵਾਸਤੇ ਉਹ ਆਏ 15 ਦਿਨ ਦੀ ਛੁੱਟੀ ਲੈ ਕੇ। 6 ਜਨਵਰੀ ਨੂੰ ਛੁੱਟੀ ਆਏ ਗੁੜੀਆ ਦੇ ਜਨਮ ਤੇ ਤੇ ਉਹ ਵਾਪਸ ਚਲੇ ਗਏ, 22 ਦਿਨ ਦੀ ਛੁੱਟੀ ਕੱਟ ਕੇ ਵਾਪਸ ਚਲੇ ਗਏ। ਵਾਪਸ ਇਹ ਤਕਰੀਬਨ 20-22 ਤਰੀਕ ਨੂੰ ਇਹ ਵਾਪਸ ਚਲੇ ਗਏ। 20-22 ਤਰੀਕ ਤੋਂ ਬਾਅਦ ਵੀ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ ਜੀ? ਕੋਈ ਬਸ ਲਾਸਟ ਟਾਈਮ ਘਰੋਂ ਜਦੋਂ ਚੱਲ ਜਾਂਦੇ ਆ ਤੇ ਲਾਸਟ ਉਹਨਾਂ ਦੀ ਸ਼ਹੀਦੀ ਦੀ ਖਬਰ ਹੀ ਤੁਹਾਡੇ ਤੱਕ ਪਹੁੰਚਦੀ ਹੈ? ਕੋਈ ਜਾਂ ਹੋਰ ਕੋਈ ਉਹਨੂੰ ਮੈਸੇਜ ਦਿੱਤਾ ਹੋਵੇ ਕੋਈ ਬੱਚਿਆਂ ਪ੍ਰਤੀ ਜਾਂ ਕੋਈ ਪਰਿਵਾਰ ਪ੍ਰਤੀ ਜਾਂ ਕੋਈ ਤੁਹਾਡੇ ਨੇ ਕੋਈ ਏਦਾਂ ਦੇ ਕੋਈ ਹੈ ਸ਼ਬਦ ਜਿਹੜੇ ਤੁਹਾਨੂੰ ਕਦੀ ਵੀ ਨਾ ਭੁੱਲ ਸਕਣ? ਨਹੀਂ ਸਰ, ਉਦਾਂ ਦੀ ਕੋਈ ਗੱਲ ਕੀਤੀ ਨਹੀਂ ਉਹਨਾਂ ਦੋ ਘੱਟ ਗਈ।
ਸ਼ਹੀਦੀ ਤੋਂ ਬਾਅਦ ਤੁਹਾਨੂੰ ਮਹਿਕਮੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਤੁਹਾਨੂੰ ਫੈਸਿਲਿਟੀ, ਮਹਿਕਮੇ ਨੇ ਕੋਈ ਤੁਹਾਨੂੰ ਤੰਗੀ ਤਾਂ ਨਹੀਂ ਦਿੱਤੀ ਜਾਂ ਜਿਹੜਾ ਪ੍ਰਸ਼ਾਸਨ ਹੈ ਇਹ ਤੁਹਾਨੂੰ ਪੂਰਾ ਤਾਲਮੇਲ ਕਰਦਾ ਰਿਹਾ, ਕੋਈ ਤੁਹਾਨੂੰ ਕਿਸੇ ਗੱਲੋਂ ਕੋਈ ਤੰਗੀ ਤਾਂ ਨਹੀਂ ਆਈ ਜੀ? ਜਿਹੜਾ ਸ਼ਹੀਦ ਅਸ਼ੋਕ ਕੁਮਾਰ ਨੂੰ ਪੁਲਿਸ ਮੈਡਲ ਮਿਲਿਆ ਉਹ ਤੁਹਾਨੂੰ ਕਿਹੜੀ ਜਗ੍ਹਾ ਜਾ ਕੇ, ਤੁਸੀਂ ਤੁਹਾਨੂੰ ਕੌਣ ਦੱਸਣ ਆਇਆ ਸੀ ਤੇ ਕਿਹੜੀ ਜਗ੍ਹਾ ਤੁਸੀਂ ਜਾ ਕੇ ਰਿਸੀਵ ਕੀਤਾ? ਸਾਨੂੰ ਸਰ ਲੈਟਰ ਆਇਆ ਸੀਗਾ ਤੇ ਅਸੀਂ ਦਿੱਲੀ ਗਏ ਸੀ ਤੇ ਦਿੱਲੀ ਸਾਨੂੰ ਅਡਵਾਨੀ ਨੇ, ਲਾਲ ਕ੍ਰਿਸ਼ਨ ਅਡਵਾਨੀ ਨੇ ਜਿਹੜਾ ਇਹ ਤੁਹਾਨੂੰ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਉਸ ਟਾਈਮ ਦਿੱਤਾ ਜਦੋਂ ਸ਼ਹੀਦ ਅਸ਼ੋਕ ਕੁਮਾਰ ਜੀ ਦੀ ਸ਼ਹੀਦੀ ਹੋ ਗਈ, ਉਹਨਾਂ ਤੋਂ ਕਿੰਨੀ ਦੇਰ ਬਾਅਦ ਇਹ ਤੁਹਾਨੂੰ ਮੈਡਲ ਤੁਹਾਡੇ ਤੱਕ ਪਹੁੰਚਿਆ? ਇੱਕ ਸਾਲ ਦੇ ਸਾਲ ਤੇ ਹੁਣ ਤੁਹਾਨੂੰ ਮਹਿਕਮਾ ਇਸ ਮੈਡਲ ਦੇ ਕਰਕੇ ਤੁਹਾਨੂੰ ਕਦੀ ਬੁਲਾਉਂਦਾ ਹੈ ਜੀ? ਹਾਂਜੀ, ਹੁਣ 9 ਅਪ੍ਰੈਲ ਨੂੰ CRPF ਜਲੰਧਰ ਗਰੁੱਪ ਸੈਂਟਰ ਵਿੱਚ ਮੈਡਲ ਵਾਲਿਆਂ ਸਾਰਿਆਂ ਹੀ ਸ਼ਹੀਦ ਪਰਿਵਾਰਾਂ ਨੂੰ ਬੁਲਾਇਆ, ਉਹਦੇ ਵਿੱਚ ਤੁਹਾਨੂੰ ਵੀ ਉੱਥੇ ਬੁਲਾਇਆ ਜੀ? ਹਾਂਜੀ ਸਰ, ਮੈਂ ਫੋਨ ਵੀ ਕੀਤਾ, ਲੈਟਰ ਵੀ ਉਹਨਾਂ ਨੇ ਪਾਇਆ। ਠੀਕ ਹੈ ਜੀ, ਤੁਸੀਂ ਇਹ ਮੈਡਲ ਦੇ ਵਾਸਤੇ 9 ਤਰੀਕ ਨੂੰ ਜਲੰਧਰ ਗਰੁੱਪ ਸੈਂਟਰ CRPF ਵੱਲੋਂ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਜੀ। ਜਿੰਨੇ ਵੀ ਪੰਜਾਬ ਦੇ ਯੋਧੇ ਵੀਰ ਸ਼ਹੀਦ ਹੋਏ ਆ ਉਹ ਸਾਰਿਆਂ ਨੂੰ 9 ਅਪ੍ਰੈਲ ਨੂੰ ਜਲੰਧਰ ਗਰੁੱਪ ਸੈਂਟਰ 'ਤੇ ਬੁਲਾਇਆ ਗਿਆ। ਤੁਸੀਂ ਹੁਣ ਕੋਈ ਤੁਹਾਨੂੰ ਇੱਦਾਂ ਦੀ ਕੋਈ ਤੰਗੀ ਤਾਂ ਨਹੀਂ ਹੈ ਵੀ ਜਿਹੜਾ ਤੁਹਾਨੂੰ ਮਹਿਸੂਸ ਹੋ ਰਿਹਾ ਹੋਵੇ ਕਿ ਯਾਰ ਸ਼ਹੀਦੀ ਤੋਂ ਬਾਅਦ ਮੈਨੂੰ ਕਿਸੇ ਨੇ ਪੁੱਛਿਆ ਨਹੀਂ, ਜਾਂ ਤੁਸੀਂ ਕੋਈ ਮਹਿਕਮੇ ਵੱਲੋਂ ਹੈਲਪ, ਸ਼ਹੀਦ ਅਸ਼ੋਕ ਕੁਮਾਰ ਦੀ ਯਾਦਗਾਰ ਕੋਈ ਤੁਹਾਡੇ ਪਿੰਡ ਬਣੀ ਹੈ, ਜੇ ਬਣਾਈ ਤੇ ਉਹ ਕਿਨ ਬਣਾਈ? ਹੁਣ ਤੁਹਾਡੇ ਇਲਾਕੇ ਦੇ MLA ਜਗਿੰਦਰਪਾਲ ਜੀ ਨੇ ਅਸ਼ੋਕ ਕੁਮਾਰ ਦਾ ਗੇਟ ਦਾ ਨਿਰਮਾਣ ਜਿਹੜਾ ਤੁਹਾਡੇ ਪਿੰਡ ਸ਼ੁਰੂ ਕੀਤਾ ਤੇ ਸਕੂਲ ਵਿੱਚ ਵੀ ਉਹਨਾਂ ਦਾ ਨਾਮ ਲਿਖਿਆ ਪਰ ਉਹ ਰਜਿਸਟਰਡ ਨਹੀਂ ਹੋਇਆ ਅਜੇ ਤੱਕ। ਹਜੇ ਸਕੂਲ ਚ ਨਾਮ ਲਿਖਿਆ ਗਿਆ ਸੀ ਪਰ ਉਹ ਰਜਿਸਟਰਡ ਨਹੀਂ ਹੋਇਆ, ਪਰ ਇਲਾਕੇ ਦੇ MLA ਨੇ ਆਪਣੇ ਫੰਡ ਵਿੱਚੋਂ ਇਸ ਗੇਟ ਦਾ ਨਿਰਮਾਣ ਸ਼ੁਰੂ ਕੀਤੇ ਆ ਜੀ, ਹਜੇ ਉਹ ਪੂਰਾ ਨਹੀਂ ਹੋਇਆ ਤੇ ਕਿੰਨੀ ਕੁ ਦੇਰ ਤੱਕ ਪੂਰਾ ਹੋ ਜਾਵੇ? ਹਫ਼ਤੇ ਕੁ ਤੱਕ ਜਿਹੜਾ ਸ਼ਹੀਦ ਅਸ਼ੋਕ ਕੁਮਾਰ ਦੀ ਯਾਦਗਾਰੀ ਗੇਟ MLA ਸਾਹਿਬ ਵੱਲੋਂ ਬਣਾਇਆ ਗਿਆ ਉਹ ਹਫ਼ਤੇ ਕੁ ਤੱਕ ਉਹ ਪੂਰਾ ਹੋ ਜਾਏਗਾ। ਤੇ ਤੁਹਾਡੀ ਜਿਹੜੀ ਬੱਚੀ ਸੀ ਉਸ ਟਾਈਮ ਉਹ 1.25 ਮਹੀਨੇ ਦੀ ਸੀ, ਅੱਜ ਉਹ ਬੱਚੀ ਕਿੱਡੀ ਹੋ ਗਈ ਹੈ? 20-19 ਸਾਲ ਦੀ ਹੋ ਗਈ ਸਰ। ਉਹ ਵੀ ਮਹਿਸੂਸ ਕਰਦੀ ਹੈ ਆਪਣੇ ਪਿਤਾ ਬਾਰੇ ਵੀ ਕਿੱਦਾਂ ਉਹਨੂੰ ਪਤਾ ਹਰ ਹਰ ਗੱਲ ਦਾ? ਹੁਣ ਜਿੱਦਾਂ ਤੁਸੀਂ ਹਰ ਸਾਲ 26 ਜਨਵਰੀ ਨੂੰ ਉਹਨਾਂ ਦਾ ਸ਼ਹੀਦੀ ਦਿਨ ਮਨਾਉਂਦੇ ਹੋ ਤੇ ਹੁਣ ਉਸ ਬੱਚੀ ਨੂੰ ਹਰ ਗੱਲ ਦਾ ਪਤਾ ਹੈ ਕਿ ਮੇਰੇ ਪਿਤਾ ਦੀ ਇਹ ਬੱਚੀ ਮਨਾਈ ਜਾ ਰਹੀ ਹੈ, ਉਹ ਕੁਝ ਉਮੀਦ ਵੀ ਕਰਦੀ ਹੈ ਕਿ ਮੈਂ ਆਪਣੇ ਪਿਤਾ ਵਾਲੀ ਜੌਬ ਕਰਨੀ ਆ ਜਾਂ ਮੈਂ ਕੁਝ ਹੋਰ ਕਰਨਾ? ਠੀਕ ਹੈ, ਠੀਕ ਹੈ। ਸ਼ਹੀਦ ਅਸ਼ੋਕ ਕੁਮਾਰ ਦੇ ਛੋਟੇ ਭਰਾ ਕਿਸ਼ੋਰ ਜੀ ਉਹ ਵੀ ਸਾਡੇ ਨਾਲ ਅੱਜ ਇੱਥੇ, ਉਹਨਾਂ ਨੂੰ ਮਿਲਣ ਦਾ ਵੀ ਸਾਨੂੰ ਮੌਕਾ ਮਿਲਿਆ। ਅਸੀਂ ਅੱਜ ਵੀਰਾਂ ਤੱਕ ਉਹਨਾਂ ਦੀ ਗੱਲਬਾਤ ਵੀ ਪਹੁੰਚਾਵਾਂਗੇ ਕਿ ਉਹਨਾਂ ਨੂੰ ਆਪਣੇ ਵੀਰ ਤੋਂ ਬਾਅਦ ਕਿੱਦਾਂ ਪਤਾ ਲੱਗਾ, ਕਿੱਦਾਂ ਫੀਲਿੰਗ ਹੋਈ, ਉਹ ਅੱਜ ਕੀ ਮਹਿਸੂਸ ਕਰਦੇ ਆ। ਅਸੀਂ ਉਹਨਾਂ ਦੇ ਬ੍ਰਦਰ ਕਿਸ਼ੋਰ ਜੀ ਨਾਲ ਆਪਣੇ ਵੀਰਾਂ ਨੂੰ ਗੱਲਬਾਤ ਰਾਹੀਂ ਉਹਨਾਂ ਦਾ ਸੁਨੇਹਾ ਤੁਹਾਡੇ ਤੱਕ। ਕਿਸ਼ੋਰ ਜੀ, ਜਦੋਂ ਸ਼ਹੀਦ ਅਸ਼ੋਕ ਕੁਮਾਰ ਜੀ ਸ਼ਹੀਦ ਹੋਏ ਤੁਸੀਂ ਉਸ ਟਾਈਮ ਕਿਸ ਜਗ੍ਹਾ ਤੇ ਸੀ, ਤੁਹਾਨੂੰ ਕਿੱਦਾਂ ਪਤਾ ਲੱਗਾ, ਕਿੱਦਾਂ ਮੈਸੇਜ ਮਿਲਿਆ ਕਿ ਮੇਰਾ ਵੀਰ ਐਦਾਂ ਦੇਸ਼ ਲਈ ਸ਼ਹੀਦ ਹੋ ਗਿਆ, ਤੁਹਾਡੇ ਉਸ ਟਾਈਮ ਤੁਹਾਡੇ ਮਨ ਵਿੱਚ ਕਿੱਦਾਂ ਦੇ ਵਿਚਾਰ ਆਏ, ਕੀ ਤੁਸੀਂ ਉਸ ਟਾਈਮ ਸੋਚਿਆ ਆਪਣੇ ਵੀਰ ਲਈ? ਸਰ ਏਦਾਂ ਹੀ ਮੈਂ ਵੀ ਕਿਸੇ ਨੂੰ ਸੈਂਟਰ ਬਣਾਉਣ ਜਾ ਰਹੇ, ਅੱਗੇ CRPF ਦੀ ਗੱਡੀ ਇੱਥੇ ਆਈ ਹੈ, ਉਹਦੇ ਵੀ ਅਸ਼ੋਕ ਕੁਮਾਰ ਹੈ, ਕਿਉਂਕਿ 200 ਕੁਮਾਰ ਗਏ ਜੀ, ਅੱਗੇ ਅਸ਼ੋਕ ਕੁਮਾਰ ਖੜਾ, ਉਹਦੇ ਵੀ ਜਿਹੜਾ 54 ਬਟਾਲੀਅਨ ਸੀ ਅਤੇ ਨਾਲ ਮੇਰੇ ਮੁੰਡਾ ਵੀ, ਮੈਨੂੰ ਕਹਿੰਦੇ ਮੈਂ ਕੀ ਗੱਲ, ਕਹਿੰਦੇ ਏਦਾਂ ਸ਼ਹੀਦ ਹੋ ਗਿਆ ਤੁਹਾਡੇ ਬ੍ਰਦਰ, ਮਤਲਬ ਮੈਂ, ਮੈਨੂੰ ਕਹਿੰਦੇ ਤੁਸੀਂ ਕੋਲ, ਮੈਂ ਇਹਨਾਂ ਦਾ ਬ੍ਰਦਰ ਆ, ਮੈਂ ਘਰ ਆ ਕੇ ਬੋਲਿਆ, ਮੈਂ ਤਾਂ ਗੱਲ ਹੋ ਗਈ ਅਤੇ ਮੈਨੂੰ ਇੱਥੇ ਤੱਕ ਵੀ ਜਿਹੜੇ ਭੁੱਲ ਨਹੀਂ ਆਉਂਦੇ,
ਜਦੋਂ ਮੈਨੂੰ ਕਹਿੰਦੇ ਜਦੋਂ ਛੁੱਟੀ ਖਤਮ ਕਰਕੇ ਗਿਆ ਮੈਂ ਵੀਜ਼ੇ ਕੰਮ ਕਰਦਾ ਸੀ ਮੈਨੂੰ ਬੋਲਦੇ ਵੀ ਅਗਲੇ ਸਾਲ ਮੈਂ ਛੁੱਟੀ ਆਵਾਂਗੇ ਤੈਨੂੰ ਮੈਂ ਦੁਕਾਨ ਪਾ ਦਾਂਗਾ ਤੇ ਤੇਰਾ ਸਾਲ ਤੇਰਾ ਵਿਆਹ ਵੀ ਕਰਾ ਦਾਂਗਾ ਤਮੰਨਾ ਸੀ ਜਦੋਂ ਉਹਨਾਂ ਦੀ ਮਿੱਤਰਤਾ ਦੇ ਆਪਣੇ ਪਿੰਡ ਵਿੱਚ ਆਈ ਉਹ ਤੋਂ ਪਹਿਲਾਂ ਤੁਹਾਨੂੰ ਕੁਝ ਵੀ ਨਹੀਂ ਪਤਾ ਸੀ ਅਚਾਨਕ ਹੀ ਉਹਨੇ ਗੱਡੀ ਤੁਹਾਨੂੰ ਮਿਲੀ ਕਿ ਜਾਂ ਤੁਹਾਨੂੰ ਥੋੜ੍ਹੀ ਬਹੁਤੀ ਪਹਿਲਾਂ ਇਨਫੋਰਮੇਸ਼ਨ ਕੁਝ ਮਿਲੀ ਸੀ ਪਹਿਲਾਂ ਅਚਾਨਕ ਗੱਡੀ ਆਈ ਤੇ ਉਹਨੇ ਮੈਨੂੰ ਪਤਾ ਲੱਗਾ ਮੈਂ ਉਹਨੂੰ ਪੁੱਛਿਆ ਕਿ ਹੁਣ ਕਹਿੰਦੇ ਵੀ ਇੱਦਾਂ ਤਾਂ ਫਿਰ ਮੈਨੂੰ ਪਤਾ ਲੱਗਾ ਉਹਨਾਂ ਦੀ ਮਿੱਤਰਤਾ ਦੇ ਵੇਖ ਕੇ ਤੁਹਾਨੂੰ ਸੌਟ ਲੱਗਾ ਤੁਹਾਡਾ ਵੀ ਤੁਹਾਡੇ ਨਾਲ ਬਹੁਤ ਪ੍ਰੋਮਿਸ ਕਰਦਾ ਸੀ ਕਿ ਮੈਂ ਮੁੜ ਕੇ ਦੁਬਾਰਾ ਆਉਣਾ ਹੀ ਲਾਸਟ ਟਾਈਮ ਤੁਹਾਡੇ ਨਾਲ ਉਹਨਾਂ ਦੀ ਕੀ ਗੱਲ ਹੋਈ ਸਾਡੀ ਉਹ ਗੱਲ ਹੋਈ ਜਿਹੜੀ ਮੈਂ ਤੁਹਾਨੂੰ ਦੱਸੀ ਵੀ ਮੈਨੂੰ ਕਹਿੰਦਾ ਤੈਨੂੰ ਦੁਕਾਨ ਵੀ ਪਾ ਦਾਂਗਾ ਤੇਰਾ ਵਿਆਹ ਕਰਾਂਗਾ ਤੈਨੂੰ ਸਕੂਟਰ ਲਾ ਦਾਂਗਾ ਇਹ ਕਰਾਂਗਾ ਛੋਟੇ ਭਰਾ ਨੂੰ ਕਹਿੰਦਾ ਵੀ ਮੈਨੂੰ ਭਰਤੀ ਕਰਾਵਾਂਗਾ ਆਪਣੇ ਨਾਲ ਜਦੋਂ ਇਹ ਪਹਿਲਾਂ ਛੁੱਟੀ ਕੱਟਣ ਆਏ ਆ ਪਿੰਡ ਤੇ ਇਹਨਾਂ ਤੋਂ ਕੁਝ ਏਦਾਂ ਦੀਆਂ ਗੱਲਾਂ ਵੀ ਹੋਈਆਂ ਜਾਂ ਤੁਹਾਡੇ ਨਾਲ ਕੋਈ ਕੀਤੀਆਂ ਵੀ ਜਿਹੜੀਆਂ ਅੱਜ ਤੱਕ ਵੀ ਤੁਹਾਨੂੰ ਨਾ ਭੁੱਲ ਸਕਦੀਆਂ ਹੋਣ ਤੁਹਾਡੇ ਨਾਲ ਕੋਈ ਏਦਾਂ ਦੀਆਂ ਸਾਂਝੀਆਂ ਗੱਲਾਂ ਕੀਤੀਆਂ ਹੋਣ ਜੋ ਉਹ ਆਪਾਂ ਸਦਾ ਹੀ ਯਾਦ ਰੱਖ ਸਕੀਏ ਸਾਨੂੰ ਵੇਖ ਕਹਿੰਦੇ ਅਸੀਂ ਘਰ ਪਿੰਡ ਕੋਈ ਗੱਲ ਦੱਸਦਾ ਵੀ ਮੇਰੀ ਡਿਊਟੀ ਕਿੱਦਾਂ ਕਿੱਦਾਂ ਨਹੀਂ ਬਾਹਰ ਪਿੰਡ ਗੱਲ ਕਰਦਾ ਰਿਹਾ ਵੀ ਆ ਕੇ ਪਹਿਲਾਂ ਮੈਂ ਆਉਣਾ ਕਿ ਨਹੀਂ ਆਉਣਾ ਲੋਕ ਅੱਤਵਾਦੀ ਕਹਿੰਦੇ ਵੀ ਧੋਖੇ ਮਾਰਦੇ ਕਹਿੰਦੇ ਵੀ ਜਿੱਦਾਂ ਲੜਨਾ ਸਾਹਮਣੇ ਆਵੇ ਮੇਰੇ ਨਾਲ ਚਾਹੇ ਆ ਤੁਹਾਨੂੰ ਤੇ ਚਾਹੇ ਹੋਰ ਨਹੀਂ ਤੇਰੇ ਮੈਂ ਦੇਸ਼ ਵਾਸਤੇ ਸੀ ਦੇਵਾਂਗਾ ਜਾਂ ਚੰਗਾ ਕੰਮ ਕਰਾਂਗਾ ਇੱਥੇ ਬੋਲ ਕੇ ਤੁਸੀਂ ਪਿੰਡ ਆਪਣਾ ਉੱਥੋਂ ਦੇ ਆ ਹਾਲਾਤਾਂ ਬਾਰੇ ਮਤਲਬ ਤੁਹਾਡੇ ਨਾਲ ਉਹ ਗੱਲਬਾਤ ਥੋੜ੍ਹੀ ਬਹੁਤੀ ਸਾਂਝੀ ਕਰਦੇ ਸੀ ਹੈ ਨਾ ਉੱਥੋਂ ਦੇ ਹਾਲਾਤਾਂ ਬਾਰੇ ਦੱਸਦੇ ਵੀ ਸੀ ਵੀ ਪਤਾ ਨਹੀਂ ਉੱਥੇ ਕਦੋਂ ਆਪਾਂ ਆਉਣਾ ਜਾਂ ਨਹੀਂ ਆਉਣਾ ਇਹ ਗੱਲਾਂ ਮਤਲਬ ਤੁਹਾਡੇ ਨਾਲ ਥੋੜ੍ਹੀਆਂ ਥੋੜ੍ਹੀਆਂ ਉਹ ਕਰਦੇ ਸੀ ਸਾਂਝੀਆਂ ਅਤੇ ਕੁਝ ਹੋਰ ਵੀ ਕੋਈ ਆਪਣੀ ਉਹਨਾਂ ਲਾਈਫ ਬਾਰੇ ਜਾਂ ਕੋਈ ਉੱਥੇ ਸਾਨੂੰ ਤੰਗੀ ਹੈ ਜਾਂ ਕਿੱਦਾਂ ਕੋਈ ਮਹਿਕਮੇ ਬਾਰੇ ਵੀ ਕੋਈ ਤੁਹਾਡੇ ਨਾਲ ਉਹਨਾਂ ਨੇ ਕੋਈ ਚਰਚਾ ਕੋਈ ਕੀਤੀ ਜਾਂ ਨਹੀਂ ਜੀ ਆਪਣੇ ਭਰਾ ਤੇ ਬਹੁਤ ਉਮੀਦਾਂ ਲਾਈਆਂ ਸੀ ਉਹ ਇਹਨਾਂ ਨੂੰ ਕਹਿ ਕੇ ਵੀ ਗਏ ਸੀ ਕਿ ਮੈਂ ਵਾਪਸ ਆਵਾਂਗਾ ਤੈਨੂੰ ਕੋਈ ਕਾਰੋਬਾਰ ਕੋਈ ਬਿਜ਼ਨਸ ਚਲਾ ਦਾਂਗਾ ਜਾ ਕੇ ਤੇਰੀ ਮੈਂ ਮੈਰਿਜ ਕਰਾਂਗਾ ਪਰ ਕਿਸ਼ੋਰ ਜੀ ਅੱਜ ਵੀ ਆਪਣੇ ਉਹ ਵੀਰ ਦੀਆਂ ਗੱਲਾਂ ਨਹੀਂ ਭੁਲਾ ਸਕੇ ਜੋ ਉਹਨਾਂ ਦੇ ਨਾਲ ਉਹਨਾਂ ਨੇ ਲਾਸਟ ਟਾਈਮ ਕੀਤੀਆਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਇਹ ਕਦੀ ਵੀ ਨਹੀਂ ਭੁਲਾਈਆਂ ਜਾ ਸਕਦੀਆਂ ਅਸੀਂ ਕਿਸ਼ੋਰ ਜੀ ਦਾ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡੇ ਸ਼ਹੀਦ ਸੋਖ ਕੁਮਾਰ ਦੀਆਂ ਭਾਵਨਾਵਾਂ ਉਹਨਾਂ ਦੀਆਂ ਮਨ ਦੀਆਂ ਵਿਚਾਰਾਂ ਬਾਰੇ ਉਹਨਾਂ ਦੀ ਲਾਸਟ ਗੱਲਬਾਤ ਬਾਰੇ ਸਾਨੂੰ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਸਾਨੂੰ ਜਾਣੂ ਕਰਾਇਆ ਅਸੀਂ ਸ਼ਹੀਦ ਸੋਖ ਕੁਮਾਰ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸ਼ਹੀਦ ਸੋਖ ਕੁਮਾਰ ਜੀ ਦੀ ਜੀਵਨੀ ਬਾਰੇ ਸਾਨੂੰ ਸਾਰਾ ਚਾਨਣਾ ਪਾਇਆ ਧੰਨਵਾਦ